ਵਿਰੋਧ ਕਰਦਾ, ਦਰਿਆ ਇੱਧਰ ਨੂੰ ਲੈ ਕੇ ਜਾਂਦਾ, ਇੱਧਰ ਨੂੰ ਜਾਂਦਾ, ਜਾਂਦਾ ਤਾਂ ਫਿਰ ਵੀ ਉੱਧਰ ਨੂੰ ਇਹਨਾਂ ਨੂੰ ਦਰਿਆ ਲੈ ਕੇ ਜਾਂਦਾ, ਜੇ ਤਾਂ ਮਰਜ਼ੀ ਜ਼ੋਰ ਲਾਈ ਜਾਵੇ ਤੈਰੇ ਉੱਠੇ ਪਾਸੇ ਨੂੰ, ਤੁਸੀਂ ਤੈਰ ਛਾਲ ਮਾਰ ਕੇ ਜਿਹਨੂੰ ਪਾਣੀ ਹੁੰਦਾ ਤੂੰ ਉਤਰ ਕੇ ਦਿਖਾਓ, ਜਿੰਨਾ ਮਰਜ਼ੀ ਜ਼ੋਰ ਲਾਈ ਜਾਓ ਇੱਧਰ ਨੂੰ ਤਰਨਦਾ, ਰਿਜ਼ਲਟ ਇਹ ਹੋ ਜਾਊਗੇ ਇਹਦੇ। ਬਸ ਇਸ ਤਰੀਕੇ ਨਾਲ ਹੁਕਮ ਤੋਂ ਬਾਹਰ ਨਹੀਂ ਕੋਈ ਹੈਗਾ, ਜ਼ੋਰ ਲਾਉਂਦੇ ਹਾਂ ਅਸੀਂ ਵੀ ਪੁੱਠਾ ਪਾਸੇ ਨੂੰ ਜਾਈਏ, ਹੁਕਮ ਤੋਂ ਬਾਹਰ ਜਾ ਨਹੀਂ ਸਕਦੇ। ਸਭਨੇ ਛਾਲਾਂ ਮਾਰੀਆਂ ਕਰਤਾ ਕਰੇ, ਜੋ ਮਰਜ਼ੀ ਕਰੀ ਜਾਓ, ਜਿੰਨਾ ਮਰਜ਼ੀ ਕੋਸ਼ਿਸ਼ ਕਰੀ ਜਾਓ ਇੱਧਰ ਨੂੰ ਜਾਣ ਦੀ, ਜਿੱਧਰ ਪਾਣੀ ਹੁੰਦਾ ਪਾਣੀ ਜਿੱਧਰ ਲੈ ਕੇ ਜਾਓ ਜਾਣਾ ਉੱਧਰ। ਹਾਂਜੀ, ਇਹੋ ਜੀ ਬਹੁਤ ਗ੍ਰਭ ਵਾਸੇ ਉਹ ਮਗਨ ਮੀਠ ਜੋਰ ਫਾਸੇ, ਇਹ ਜਿਹੜੇ ਜੀ ਹੈ, ਇਹ ਜਿਹੜੇ ਜੀਵ ਹੈ, ਇਹ ਬਹੁਤ ਸਾਰੀਆਂ ਜੋਰਾਂ ਦੇ ਵਿੱਚ ਇਹੋ ਜੀਵ, ਇਹੋ ਜੀ ਬਹੁਤ ਗਰਭ ਵਾਸੇ, ਬਹੁਤ ਅਹੰਕਾਰ ਦੇ ਬਹੁਤ ਸਾਰੇ ਗਰਭਾਂ ਦੇ ਵਿੱਚ, ਬਹੁਤ ਸਾਰੀਆਂ ਜੂਨਾਂ ਦੇ ਵਿੱਚ, ਗਰਭ ਜੂਨ ਦੇ ਵਿੱਚ ਵਸਿਆ, ਬਹੁਤ ਸਾਰਿਆਂ ਨੇ ਦੇਹ ਸਰੀਰ ਧਾਰਨ ਕੀਤੇ ਨੇ ਗਰਭਾਂ ਦੇ ਵਿੱਚ। ਮੋਹ ਮਗਨ ਮੀਠ ਜੋਨ ਫਾਸੇ, ਹਰ ਜੋਨ ਦੇ ਵਿੱਚ ਇਹਨੂੰ ਮੋਹ ਲੱਗਦਾ ਰਿਹਾ, ਮੀਠ ਜੋਨ ਫਾਸੇ, ਹਰ ਜਗ੍ਹਾ ਹੀ ਮੂੰਹ ਮਿੱਠਾ ਲੱਗ ਕੇ ਐਂ ਕਹਿੰਦਾ ਵੀ ਇਹ ਜੋਨ ਦੇ ਵਿੱਚੋਂ ਮੈਂ ਐਸੇ ਚ ਰਹਾਂ, ਇਹ ਨਹੀਂ ਹੈਗਾ ਆਦਮੀ ਦੀ ਜੋਨ ਚ ਆ ਕੇ ਨੂੰ ਹੈਗਾ ਵੀ ਮੈਂ ਨਾ ਬੜਾ, ਹਰ ਵਾਰ ਐਵੇਂ ਰਿਹਾ, ਸਾਰੇ ਜੂਨਾਂ ਮਿੱਠੀਆਂ ਲੱਗਦੀਆਂ ਰਹੀਆਂ। ਹਾਂ ਹਾਂ ਹਾਂ, ਸਿਰਫ ਇਹਨੂੰ ਸੰਸਾਰ ਦੇਖਣ ਦੇ ਵਿੱਚ ਹੈਗਾ ਵੀ ਸੰਸਾਰ ਮੈਨੂੰ ਦਿਖ ਰਿਹਾ, ਜੂਨ ਕੋਈ ਵੀ ਹੋ ਮੈਨੂੰ ਸੰਸਾਰ ਨਹੀਂ ਦਿਖ ਰਿਹਾ, ਬਸ ਉਹ ਜਿਹੜਾ ਮਿੱਠਾ ਐਸਾ ਲੱਗਿਆ ਹੈ ਹਰ ਜੂਨ ਦਾ ਹੀ, ਹਰ ਸਰੀਰ ਦਾ ਹੀ ਐਸਾ ਫਸਿਆ ਹੈ ਮੋਹ ਦੇ ਵਿੱਚ, ਹਰ ਜੂਨ 'ਚ ਛੱਡਣਾ ਨਹੀਂ ਸੀ ਉਹ, ਚਾਹੇ ਕਿੰਨੀ ਉਹ ਭੈੜੀ ਜੂਨ ਲੱਗਦੀ ਹੈ ਅੱਜ ਸਾਨੂੰ ਵੀ, ਯਾਨੀ ਆਦਮੀ ਨੂੰ ਅੱਜ ਜਿਹੜੀਆਂ ਭੈੜੀਆਂ ਜੂਨਾਂ ਲੱਗਦੀਆਂ ਨੇ, ਕਹਿਣ ਦਾ ਮਤਲਬ ਜਦੋਂ ਅਸੀਂ ਉਹਨਾਂ ਜੂਨਾਂ ਦਿੱਤੀ ਸਾਡਾ ਵੀ ਉਹੀ ਹਾਲ ਸੀ, ਉਹ ਚੰਗੀਆਂ ਲੱਗਦੀਆਂ ਸੀ ਉਦੋਂ, ਹਾਂ ਉੱਥੇ ਖੁਸ਼ ਸੀ। ਸੰਸਾਰ ਦਾ ਇਹਨੂੰ ਫੇਰ ਵੀ ਦੇਖਦਾ ਰਹਿੰਦਾ, ਜੂਨ ਚ ਨਾ ਵੀ ਹੋਵੇ, ਜੂਨ ਚ ਨਾ ਵੀ ਹੋਵੇ ਗੱਲ ਸੰਸਾਰ ਦੇਖਣ ਦੀ, ਸੰਸਾਰ ਦੇਖਣ ਦੀ, ਸੰਸਾਰ ਦਾ ਫੇਰ ਵੀ ਦੇਖੂਗਾ। ਇਨ ਮਾਇਆ ਤ੍ਰੈ ਗੁਣ ਵਸ ਕਿਨੇ, ਇਨ ਮਾਇਆ ਇਸ ਮਾਇਆ ਨੇ ਤ੍ਰੈ ਗੁਣਾਂ ਦੇ ਵਿੱਚ ਹੋ ਕੇ ਤੈਨੂੰ ਪੱਖ ਕਰਕੇ ਸਾਰੇ ਲੋਕ ਵਸ ਗੱਲ, ਦੋ ਦੀਵਾਰਾਂ ਵਾਲਾ ਕਦੇ ਮੁਕਾਬਲ ਨਹੀਂ ਹੁੰਦਾ, ਜਿੰਨਾ ਚਿਰ ਤਿੰਨ ਕੰਧਾਂ ਨਹੀਂ ਬਣਦੀਆਂ ਤਾਂ ਚਾਰ ਦੀਵਾਰੀ ਅਸੀਂ ਕਹਿੰਦੇ, ਪਰ ਤਿੰਨ ਕੰਧਾਂ ਨਾਲ ਵੀ ਟ੍ਰਾਇੰਗਲ ਬਣ ਜਾਂਦੀ ਹੈ, ਮਕਾਨ ਬਣ ਜਾਂਦਾ, ਦੋ ਨਾਲ ਨਹੀਂ ਬਣਦਾ, ਇੱਕ ਰਾਹ ਇੱਧਰ ਹੈ ਜੂਕ ਇੱਧਰ, ਜੇ ਤਿੰਨ ਹੋ ਜਾਣ ਤਾਂ ਕਾਬੂ ਹੋ ਜਾਂਦਾ ਬੰਦਾ, ਤਾਂ ਕਰਕੇ ਇਹ ਤਿੰਨੇ ਲੋਕ ਨੇ, ਤਿੰਨੇ ਲੋਕਾਂ ਦੀ ਬਸ ਕੈਦ ਕਰ ਲੈ, ਤਿੰਨ ਕੰਧਾਂ ਕਰਦੀਆਂ ਕਾਬੂ ਆ ਗਏ ਸਾਰੇ, ਤਿੰਨਾਂ ਲੋਕ ਇਹ ਤਿੰਨ ਲੋਕ ਤਿੰਨ ਕੰਧਾਂ ਦੇ ਵਿੱਚ ਹੈ, ਚੌਥੀ ਗੱਲ ਨਹੀਂ ਹੈ। ਹਾਂਜੀ, ਇਹਨ ਮਾਇਆ ਤ੍ਰੈ ਗੁਣ ਬਸ ਕਿਨੇ, ਤਿੰਨਾਂ ਗੁਣਾਂ ਦੇ ਵਿੱਚ ਹੀ ਹੈ ਸਾਰੇ ਲੋਕ, ਤਿੰਨਾਂ ਦੀਵਾਰਾਂ ਦੇ ਵਿੱਚ, ਤਿੰਨੇ ਗੁਣ ਤਿੰਨ ਦੀਵਾਰਾਂ ਨੇ, ਬਸ ਕਿਨੇ ਇਹ ਤ੍ਰੈ ਗੁਣੀ ਮਾਇਆ ਕਿਹਾ ਹੈ, ਜਾਨੀ ਕਿ ਮਾਇਆ ਹੈ ਤੇ ਘਿਰਿਆ ਹੈ ਆਪਨ ਉਹ ਕਟੇ ਮਾਇਆ ਦੇ ਜਿਹੜੇ ਗੁਣ ਨੇ, ਜ਼ਹਿਰ ਦੇ ਗੁਣ ਨੇ, ਜ਼ਹਿਰ ਚ ਵੀ ਗੁਣ ਹੁੰਦੇ ਨੇ, ਅੰਮ੍ਰਿਤ ਚ ਵੀ ਗੁਣ ਹੁੰਦੇ ਨੇ, ਅੰਮ੍ਰਿਤ ਵਿੱਚ ਅੰਮ੍ਰਿਤ ਦੇ ਗੁਣ ਜ਼ਹਿਰ ਦੇ ਗੁਣ ਨਾਲ ਮੇਲ ਨਹੀਂ ਖਾਂਦੇ, ਅੰਮ੍ਰਿਤ ਵਿੱਚ ਅੱਡ ਗੁਣ ਨੇ, ਜ਼ਹਿਰ ਦੇ ਅੱਡ ਗੁਣ ਨੇ, ਜ਼ਹਿਰ ਦੇ ਗੁਣ ਅੰਮ੍ਰਿਤ ਦੇ ਵਿੱਚ ਨਹੀਂ ਹੋਣ,
ਜ਼ਹਿਰ ਜਿਹੜੇ ਅੰਮ੍ਰਿਤ ਵਿੱਚ ਜ਼ਹਿਰ ਦੇ ਅੰਦਰ ਅੰਦਰ ਗੁਲਦੇ ਉਹ ਜ਼ਹਿਰੀਲੇ ਸੱਪਾਂ 'ਚ ਕੋਈ ਜ਼ਿਆਦਾ ਜ਼ਹਿਰੀਲੇ ਨੇ ਕੋਈ ਥੋੜ੍ਹੇ ਜ਼ਹਿਰੀਲੇ ਨੇ ਇਹਨਾਂ ਦੇ ਵਿੱਚ ਆਪਸ ਵਿੱਚ ਇਹਨਾਂ ਦਾ ਆਪਸ ਵਿੱਚ ਹੀ ਤਾਂ ਹੈ ਮੇਲ ਸੰਸਾਰ 'ਚ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਵੱਡਾ ਹੈ ਕੋਈ ਛੋਟਾ ਹੈ ਕੋਈ ਉਦੋਂ ਵੱਡਾ ਹੈ ਕੋਈ ਉਦੋਂ ਵੱਡਾ ਪਰ ਉਹਦੀ ਭਗਤਾਂ ਨਾਲ ਤਾਂ ਕੋਈ ਮੇਲ ਨਹੀਂ ਹੋਇਆ ਭਗਤਾਂ ਨਾਲ ਤਾਂ ਕੋਈ ਉਹਦਾ ਛੋਟ ਵੱਡਿਆਈ ਦੀ ਗੱਲ ਨਹੀਂ ਹੈ ਇੱਥੇ ਛੋਟੇ ਵੱਡੇ ਹੈਗੇ ਨੇ ਤਮੋ ਗੁਣ ਵਾਲਿਆਂ ਨੂੰ ਨੀਚ ਸਮਝਿਆ ਜਾਂਦਾ ਕਿੰਨਾ ਨੀਚ ਮਹਾਂ ਨੀਚ ਤਮੋ ਗੁਣ ਵਾਲੇ ਜਿਹੜੇ ਬੰਦ ਕਰਮੀ ਨੇ ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਤਮੋ ਗੁਣ ਵਾਲੇ ਨੇ ਸਾਰੇ ਸਵਾਰਥ ਦੀ ਹੱਦ ਹੈ ਜਿਹੜੀ ਹੈ ਤਮੋ ਗੁਣ ਸਵਾਰਥੀ ਹਮੇਸ਼ਾ ਤਮੋ ਗੁਣੀ ਸਵਾਰਥੀ ਹੈ ਸਭ ਤੋਂ ਤਮੋ ਗੁਣ ਸਟਰੋਂਗ ਸਵਾਰਥੀ ਵਿੱਚ ਹੈ ਸਵਾਰਥ ਬੜੇ ਤੋਂ ਬੜੇ ਭੈੜੇ ਕੰਮ ਕਰੋਗੇ ਸਵਾਰਥ ਵਿੱਚ ਆ ਕੇ ਆਦਮੀ ਬਹੁਤ ਪਾਪ ਤੋਂ ਬੜੇ ਪਾਪ ਕਰਮ ਕਰ ਦਿੰਦਾ ਸਵਾਰਥ ਕਰਾ ਦਿੰਦਾ ਜਿਹੜਾ ਸਵਾਰਥ ਹੈ ਲੋਭ ਇਹਦੇ ਵਿੱਚ ਆ ਜਾਂਦਾ ਹੈ